ਦੀ ਦਿਸ਼ਾ ਵੱਲ ਅੱਖਾਂ ਘੁਮਾਓਗੇ ਤੁਹਾਨੂੰ ਸਿਰਫ ਪ੍ਰਸ਼ੰਸਾ ਪੱਤਰ ਤੇ ਪੁਰਸਕਾਰ ਹੀ ਨਜ਼ਰ ਆਉਣਗੇ। ਦੀਵਾਰਾਂ ਤੇ ਸਜਾਵਟ ਅਤੇ ਅਲਮਾਰੀਆਂ ਇਨਾਮ ਨਾਲ ਭਰੀਆਂ ਹਨ। ਇਹ ਸਭ ਵੇਖਣ ਤੋਂ ਬਾਅਦ ਤੁਹਾਨੂੰ ਇੱਕ ਪੱਲੇ ਹੈਰਾਨੀ ਜ਼ਰੂਰ ਹੋਵੇਗੀ ਕਿ ਕਿਸ ਨੂੰ ਅਤੇ ਕਿਸ ਕਾਰਨ ਇਹ ਸਾਰੇ ਪੁਰਸਕਾਰ ਦਿੱਤੇ ਗਏ ਹਨ। ਇਹ ਪੁਰਸਕਾਰ ਬਾਲਾਸੋਰ ਜ਼ਿਲ੍ਹੇ ਦੇ ਬਹਿਨਾਗਾ ਬਲਾਕ ਅਧੀਨ ਪੈਂਦੇ ਪਿੰਡ ਇਚਾਪੁਰ ਦੇ ਮਹੀਰ ਕੁਮਾਰ ਪਾਂਡਾ ਨੂੰ ਮਿਲੇ ਹਨ। ਉਹ ਪੇਸ਼ੇ ਤੋਂ ਇੰਜੀਨੀਅਰ ਹਨ ਪਰ ਵਿਗਿਆਨ ਉਹਨਾਂ ਦਾ ਜਨੂਨ ਹੈ। ਵਿਗਿਆਨ ਪ੍ਰਤੀ ਉਹਨਾਂ ਦੇ ਜਨੂਨ ਦਾ ਨਤੀਜਾ ਇਹ ਪ੍ਰਯੋਗਸ਼ਾਲਾ ਹੈ। ਇੱਥੇ 10,000 ਤੋਂ ਵੱਧ ਪ੍ਰੋਜੈਕਟਾਂ ਦਾ ਭੰਡਾਰ ਹੈ ਜਿਨ੍ਹਾਂ ਦਾ ਉਦੇਸ਼ ਤੁਹਾਡੇ ਰੋਜ਼ਮਰ੍ਹਾ ਦੇ ਕੰਮਾਂ ਨੂੰ ਆਸਾਨ ਤੇ ਆਰਾਮਦਾਇਕ ਬਣਾਉਣਾ ਹੈ। ਕਿਸਾਨਾਂ ਅਤੇ ਜੁਲਾਹੇ ਦੇ ਨਾਲ ਆਮ ਲੋਕਾਂ ਦੀ ਵੱਖ ਵੱਖ ਸਮੱਸਿਆਵਾਂ ਦਾ ਹੱਲ ਵੀ ਮਹੀਰ ਦੇ ਕੋਲ ਹੈ। ਉਹਨਾਂ ਦੇ ਕੋਲ ਆਪਣੇ ਕ੍ਰੈਡਿਟ ਲਈ ਵੱਡੀ ਗਿਣਤੀ ਵਿੱਚ ਹੈਰਾਨਕੁਨ ਕਾਰਡਾਂ ਹਨ ਜਿਸ ਵਿੱਚ ਸਾਈਕਲ ਰਿਕਸ਼ਾ ਸੰਚਾਲਿਤ ਫਸਲ ਕੱਟਣ ਦੀ ਮਸ਼ੀਨ, ਸਸਤੇ ਫਰਿੱਜ, ਦੋਵੇਂ ਪਾਸੇ ਚੱਲਣ ਵਾਲੇ ਪੱਖੇ, ਬਿਜਲੀ ਉਤਪਾਦਕ ਕਰਨ ਵਾਲੇ ਪੱਖੇ, ਵੱਖ ਵੱਖ ਮਸਾਲੇ ਤੋਂ ਪੇਸਟ ਤਿਆਰ ਕਰਨ ਵਾਲੀਆਂ ਮਸ਼ੀਨਾਂ, ਪੈਡਲ ਨਾਲ ਚੱਲਣ ਵਾਲੀਆਂ ਮਸ਼ੀਨਾਂ, ਨਾਰੀਅਲ ਮਸ਼ੀਨਾਂ ਤੋਂ ਕੂਵਰ ਸਕਿਨਜ਼ਿੰਗ ਅਤੇ ਡਿਜੀਟਲ ਸੁਰੱਖਿਆ ਲੌਕਰ ਸ਼ਾਮਲ ਹਨ। ਇਹਨਾਂ ਸਾਰਿਆਂ ਨੇ ਉਸਨੂੰ ਉੜੀਸਾ ਦੇ ਆਈਨਸਟਾਈਨ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ। ଯେତେବେଳେ ପିଲାଙ୍କୁ 1987 ମସିହାରେ ପଢ଼ାଉଥିଲି ତାଙ୍କର ଯେମିତି ଗାଁରେ ପିଲାମାନେ ଆସିକି ସବୁ ବିଜ୍ଞାନ ବୁଝନ୍ତି। ਮੈਂ ਸਾਲ 1987 ਵਿੱਚ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਸੀ। ਪਿੰਡ ਦੇ ਵਿਦਿਆਰਥੀ ਵਿਗਿਆਨ ਪੜ੍ਹਨ ਦੇ ਲਈ ਮੇਰੇ ਕੋਲ ਆਉਂਦੇ ਸਨ। ਹੌਲੀ ਹੌਲੀ ਉਹਨਾਂ ਦੀ ਗਿਣਤੀ ਵੱਧਦੀ ਗਈ ਅਤੇ ਉਹਨਾਂ ਨੇ ਵੱਡੀ ਗਿਣਤੀ ਵਿੱਚ ਪ੍ਰਸ਼ਨ ਪੁੱਛੇ। ਗਾਂਰੇ ਜੇ ਲੋਕ ਧਰਨ ਤੋਂ ਦੌੜੀ ਬੋਲੁਛੀ ਸੇ ਹੱਥਰੇ ਦੌੜਟਕ ਬੋਲੁਛੀ। ਮੈਂ ਉਹਨਾਂ ਦੇ ਪ੍ਰਸ਼ਨਾਂ ਦੇ ਜਵਾਬ ਲੱਭਣ ਲਈ ਕਈ ਵੱਖ ਵੱਖ ਉਤਪਾਦ ਬਣਾਉਣ ਵਿੱਚ ਯੋਗ ਸੀ। ਇੱਕ ਉਦਾਹਰਨ ਲੈਂਦੇ, ਪਿੰਡ ਦਾ ਇੱਕ ਵਿਅਕਤੀ ਰੱਸੀ ਬਣਾ ਰਿਹਾ ਸੀ। ਮੈਂ ਉਸਦੇ ਲਈ ਅਜਿਹੀ ਮਸ਼ੀਨ ਬਣਾਈ ਜਿਸ ਨਾਲ ਉਹ ਤੁਲਨਾਤਮਕ ਤੌਰ 'ਤੇ ਆਸਾਨੀ ਨਾਲ ਰੱਸੀਆਂ ਬਣਾ ਸਕੇ। ਮੇਰੇ ਜੀਵਨ ਦਾ ਉਦੇਸ਼ ਸਾਇੰਸ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ ਅਤੇ ਉਹਨਾਂ ਨੂੰ ਮੇਰੀ ਕਾਢਾਂ ਰਾਹੀਂ ਆਤਮ ਨਿਰਭਰ ਬਣਾਉਣਾ। ਮੋਰ ਉਦਭਾਵਨ ਨੂੰ ਲੈ ਕੇ ਇਹਦਾ ਹੁਜ ਮੋ ਜੀਵਨ ਦਾ ਬਹੁਤ ਲੱਖਿਆ। ਮੈਂ ਅਜੇ 20 ਵਰਸ਼ ਮੈਂ ਪਿਛਲੇ 20 ਸਾਲਾਂ ਤੋਂ ਮਹਿਰ ਸਰ ਨਾਲ ਕੰਮ ਕਰ ਰਿਹਾ ਹਾਂ। ਉਹ ਸਾਨੂੰ ਆਪਣੇ ਪ੍ਰੋਜੈਕਟਾਂ ਬਾਰੇ ਸਿਖਾ ਰਹੇ ਹਨ। ਮੇਰੇ ਵਾਂਗ ਇੱਥੇ 7 ਤੋਂ 8 ਹੋਰ ਲੋਕ ਵੀ ਕੰਮ ਕਰਦੇ ਹਨ। 7-8 ਜਣੇ ਹੋਈ ਅਛੰਦੇ ਹੋ ਗਏ। ਮਿਹਰ ਭਾਰਤ ਦੇ ਉਹਨਾਂ 6 ਚੋਟੀ ਦੇ ਵਿਅਕਤੀਆਂ ਵਿੱਚ ਸਥਾਨ ਪਾਉਣ ਵਿੱਚ ਯੋਗ ਹਨ ਜੋ ਵਿਗਿਆਨ ਦੇ ਪ੍ਰਸਿੱਧ ਕਰਨ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। 25 ਵਿਸ਼ਵ ਰਿਕਾਰਡ ਉਹਨਾਂ ਦੇ ਨਾਂ ਹਨ। ਉਹਨਾਂ ਨੂੰ ਲਿਮਕਾ ਬੁੱਕ ਆਫ ਰਿਕਾਰਡਸ ਵਿੱਚ ਵੀ ਥਾਂ ਮਿਲੀ ਹੈ ਅਤੇ ਨਾਲ ਹੀ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਹੈ। ਆਪਣੇ ਵਿਲੱਖਣ ਕਾਢਾਂ ਕਰਕੇ ਉਹਨਾਂ ਨੂੰ 250 ਤੋਂ ਵੱਧ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪਿਤਾ ਦੀ ਸਫਲਤਾ ਤੋਂ ਪ੍ਰੇਰਿਤ ਮਹੀਰ ਦੇ ਪੁੱਤਰ ਦਾ ਵੀ ਟੀਚਾ ਭਵਿੱਖ ਵਿੱਚ ਨਵੀਆਂ ਕਾਢਾਂ ਕੱਢਣਾ ਹੈ। ਮੇਰੇ ਪਿਤਾ ਹਮੇਸ਼ਾ ਆਪਣੇ ਖੋਜ ਕਾਰਜ ਵਿੱਚ ਰੁੱਝੇ ਰਹਿੰਦੇ ਹਨ। ਉਹਨਾਂ ਦਾ ਉਦੇਸ਼ ਆਪਣੀਆਂ ਖੋਜਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਲਿਆਉਣਾ ਹੈ। ਮੈਨੂੰ ਉਮੀਦ ਹੈ ਮੈਂ ਆਪਣੇ ਪਿਤਾ ਦੇ ਉਦੇਸ਼ਾਂ ਨੂੰ ਪੂਰਾ ਕਰਾਂਗਾ। ਜ਼ਰੂਰਤ ਹੀ ਕਾਰਡ ਦੀ ਮਾਂ ਹੈ ਅਤੇ ਮਹੀਰ ਦੀ ਵਿਗਿਆਨਕ ਯਾਤਰਾ ਦੇ ਪਿੱਛੇ ਉਹਨਾਂ ਦੇ ਵਿਦਿਆਰਥੀ ਹਨ। ਜਦੋਂ 1987 ਵਿੱਚ ਆਪਣੇ ਵਿਦਿਆਰਥੀਆਂ ਨੂੰ ਵਿਗਿਆਨ ਪੜ੍ਹਾਉਣ ਵਿੱਚ ਰੁੱਝੇ ਹੋਏ ਸੀ ਤਦੋਂ ਹੀ ਉਹਨਾਂ ਨੇ ਨਵੀਆਂ ਖੋਜਾਂ ਕਰਨ ਦੇ ਕਾਰਜਾਂ ਦਾ ਸੰਚਾਲਨ ਸ਼ੁਰੂ ਕੀਤਾ। ਆਲੇ ਦੁਆਲੇ ਦੇ ਇਲਾਕਿਆਂ ਦੇ ਲੋਕਾਂ ਦੀ ਜ਼ਰੂਰਤ ਨੂੰ ਸਮਝਦੇ ਹੋਏ ਉਹਨਾਂ ਲੋਕਾਂ ਲਈ ਇੱਕ ਤੋਂ ਬਾਅਦ ਇੱਕ ਨਵੀਆਂ ਚੀਜ਼ਾਂ ਸਾਹਮਣੇ ਲਿਆ ਰਹੇ ਹਨ। ਬਿਊਰੋ ਰਿਪੋਰਟ, ETV ਭਾਰਤ। To watch 24/7 News Live, download ETV Bharat app.